जिला गुरदासपुर के गांव बरनाला में एक कबाड़ी की दुकान में धमाका होने से एक की मौत और चार लोग जख्मी हुए। वहीं गुरदासपुर के एसएसपी भूपिंदरजीत सिंह का कहना है कि सूचना मिली थी कि कबाड़ी की दुकान में धमाका हुआ है और उन्होंने मौके पर पहुंचकर घायलों को उपचार के लिए सिविल अस्पताल भेज दिया है और मोहाली से जाँच के लिए विशेष टीम भी बुला ली गयी है ताकि धमाके के पीछे के कारणों का पता चल सके। ਬਲੀ ਬੜੀ ਇਕੱਠੀ ਹੋਈ ਆ, ਕਹਿੰਦੇ ਬਲਾਸਟਿੰਗ ਹੋ ਗਿਆ ਇਹਦੇ ਵਿੱਚ। ਬਲਾਸਟਿੰਗ ਹੋ ਗਿਆ ਤੇ 10 ਮਿੰਟ ਬਾਅਦ ਆਪਾਂ ਦੌੜੇ ਕਣਕਾਂ ਵਿੱਚੋਂ ਹੀ ਆਇਆ ਇੱਥੇ ਦੀ ਪਬਲਿਕ ਲੋਕਲ ਸਰਪੰਚ ਸਾਹਿਬ ਦੇ ਬੰਦਾ ਹਿੰਮਤ ਪਈ ਨਹੀਂ, ਕਹਿੰਦੇ ਡੈਡ ਬੜੀ ਬਾਹਰ ਕੱਲ੍ਹ ਦੋ ਬੰਦੇ ਤੜਫਣਦੇ ਆ, ਦੋ ਜ਼ਖਮੀ ਆ, ਦੋ ਬੰਦੇ ਬਿਲਕੁਲ ਥੜਫਣਦੇ ਆ। ਕਿਵੇਂ ਹਿੰਮਤ ਬੜੀ, ਮੈਂ ਕਦੇ ਪੰਨਾ ਲਿਆ ਆਪਣਾ, ਸਭ ਪੰਜ ਬੰਦੇ ਆ ਸਰਪੰਚ ਤੇ ਦੋ ਜਿਹੜੇ ਬਿਲਕੁਲ ਮੈਂ ਆ ਕੱਢੇ ਆਪਣੇ ਖੁਦ ਅਸੀਂ ਡੀ ਐਸ ਪੀ ਦੇ ਸਾਹਮਣੇ ਕੱਢੇ ਆ, ਬਲਾਸਟ ਹੋਇਆ ਜਿੱਥੇ ਆਦਮੀ ਇੰਜਰਡ ਹੋਏ ਆ ਤੇ ਇਮੀਡੀਏਟਲੀ ਰਸ਼ਟ। ਟੋਟਲ ਪੰਜ ਬੰਦੇ ਇੰਜਰਡ ਹੋਏ ਆ, ਸ਼ਿਫਟ ਕੀਤੇ ਆ ਜੀ, ਤਿੰਨ ਪਹਿਲਾਂ ਕੀਤੇ, ਦੋ ਜਦੋਂ ਮੈਂ ਪਹੁੰਚਿਆ ਉਦੋਂ ਇੱਥੇ ਸੀਗੇ, ਉਹਨਾਂ ਨੂੰ ਫਿਰ ਮੈਂ ਸ਼ਿਫਟ ਕਰਵਾਇਆ ਜੀ। ਦੇਖੋ ਇਹ ਸੈਂਪਲਸ ਲਏ ਆ ਤੋ ਐਗਜ਼ਾਮਿਨ ਕਰਾਂਗੇ, ਐਨਾਲਾਈਜ਼ ਕਰਾਂਗੇ ਵੀ ਕਿਹੜਾ ਟਾਈਪ ਐਕਸਪਲੋਸਿਵ ਕੀ ਸੀਗਾ ਜੀ। ਇਟਸ ਟੂ ਅਰਲੀ ਟੂ ਸੇ ਵੀ ਕੀ ਸੀਗਾ, ਬਿਕੋਜ਼ ਸਾਨੂੰ ਕੋਈ ਇੱਦਾਂ ਦਾ ਸ਼ੈਲ ਸ਼ੁਲ ਤਾਂ ਜੇ ਕੁਛ ਮਿਲਿਆ ਨਹੀਂ ਗਾ।